ਪੰਜਾਬ ਭਰ ਵਿੱਚ ਅੱਜ ਤੋਂ ਪੁਲਿਸ ਦੀ ਭਰਤੀ ਹਰ ਜ਼ਿਲ੍ਹੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਰਕੇ ਪਹਿਲੀ ਵਾਰ ਡੋਪ ਟੈਸਟ ਵੀ ਕਰਵਾਏ ਜਾ ਰਹੇ ਹਨ। ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ 250 ਦੇ ਕਰੀਬ ਬੱਚਿਆਂ ਨੇ ਫਿਜ਼ੀਕਲ ਟੈਸਟ ਕਲੀਅਰ ਕੀਤਾ ਤੇ ਦੁਪਹਿਰ ਤੱਕ 150 ਤੋਂ ਵੱਧ ਬੱਚਿਆਂ ਦਾ ਡੋਪ ਟੈਸਟ ਹੋ ਚੁੱਕਿਆ ਸੀ, ਜਿਨ੍ਹਾਂ ਵਿੱਚੋਂ ਸਿਰਫ 4 ਬੱਚੇ ਹੀ ਡੋਪ ਟੈਸਟ ਪੋਜ਼ਿਟਿਵ ਆਏ। ਇਹ ਸਾਰਾ ਕੰਮ ਪਟਿਆਲਾ ਦੇ SSP ਗੁਰਮੀਤ ਸਿੰਘ ਚੌਹਾਨ ਦੀ ਅਗਵਾਈ ਹੇਠ ਹੋਇਆ। ਪਟਿਆਲਾ ਕੀ ਨਾਮ ਹੈ? ਜਸਵਿੰਦਰ ਕੌਰ। ਕਿੱਥੋਂ ਆਏ? ਪਟਿਆਲੇ ਤੋਂ। ਕਿਸ ਲਈ ਆਏ? ਸਰ ਸਿਲੈਕਸ਼ਨ ਲਈ। ਕਿਦਾਂ ਤਿਆਰੀ ਤੁਹਾਡੀ? ਕਿੱਥੋਂ ਦਾ ਇਵੇਂ ਦੇ ਬੰਦਵਸ ਕਿੱਥੋਂ ਕਿਵੇਂ ਦੇ ਨੇ ਹੋ ਰਹੇ? ਸਰ ਵਧੀਆ, ਬਹੁਤ ਵਧੀਆ। ਮੇਰਾ ਨਾਮ ਜਸਦੀਪ ਕੌਰ, ਬਿਲੋਂਗ ਕਰਾਚੋ ਤੋਂ, ਤੇ ਮੇਰਾ ਇੱਥੇ ਫਿਜ਼ੀਕਲ ਐਜੂਕੇਸ਼ਨ ਕਾਲਜ ਦੇ ਵਿੱਚ ਟ੍ਰਾਇਲ ਹੋਣ ਜਾ ਰਿਹਾ, ਜਿੱਥੇ ਕਿ ਇੱਥੇ ਬਹੁਤ ਵਧੀਆ ਸੁਵਿਧਾ ਕੀਤੀ ਜਾ ਰਹੀ ਹੈ, ਅਤੇ ਇੱਥੇ ਜੋ ਮੈਮ ਨੇ ਇੱਥੇ ਬਹੁਤ ਵਧੀਆ ਦੱਸਦੇ ਨੇਗੇ ਕਿੱਦਾਂ ਕਿੱਦਾਂ ਕਰਨਾ ਗਾ, ਅਤੇ ਇੱਥੇ ਖਾਣ ਪੀਣ ਦਾ ਵੀ ਬਹੁਤ ਵਧੀਆ ਪ੍ਰਬੰਧ ਹੈ, ਅਤੇ ਅਸੀਂ ਕਈ ਮਹੀਨਿਆਂ ਤੋਂ ਕੋਚਿੰਗ ਲੈਂਦੇ ਆ ਰਹੇ ਹਾਂ ਇਸ ਟ੍ਰਾਇਲ ਦੇ ਲਈ, ਜੋ ਕਿ ਸਾਡਾ ਹੁਣ ਚੱਲ ਰਿਹਾ ਕੰਟੀਨਿਊਸ, ਅਤੇ ਸਾਡੀ ਹਾਈਟ ਦਾ ਜੋ ਹੋ ਚੁੱਕਿਆ ਹੈ ਕੰਪਲੀਟ, ਅਤੇ ਇਸ ਤੋਂ ਬਾਅਦ ਟ੍ਰਾਇਲ ਸਾਡਾ ਸਟਾਰਟ ਹੈ। ਡਿਸਟ੍ਰਿਕਟ ਪਟਿਆਲਾ ਵਿੱਚ ਅਸੀਂ ਜਿਹੜੀ ਰਿਕਰੂਟਮੈਂਟ ਹੈ ਅੱਜ 27 ਤਰੀਕ ਤੋਂ ਸ਼ੁਰੂ ਹੋ ਚੁੱਕੀ ਹੈ। ਅੱਜ ਮਾਰਨਿੰਗ ਸੈਸ਼ਨ ਦੇ ਵਿੱਚ 400 ਕੈਂਡੀਡੇਟਸ ਨੂੰ ਜਿਹੜੇ ਹੈਗੇ ਨੇ ਐਡਮਿਟ ਕਾਰਡ ਜਾਰੀ ਕੀਤੇ ਸੀ, ਜਿਨ੍ਹਾਂ 'ਚੋਂ ਕੋਈ ਤਕਰੀਬਨ 256 ਦੇ ਕਰੀਬ 256 ਰਿਪੋਰਟ ਕੀਤੇ ਨੇ, ਅਤੇ ਬਾਕੀ ਉਹਨਾਂ ਦਾ ਜਿਹੜੇ ਆਏ ਨੇ ਉਹਨਾਂ ਦਾ ਟੈਸਟ ਲਿਆ ਜਾ ਰਿਹਾ ਫਿਜ਼ੀਕਲ ਮੈਜਰਮੈਂਟ ਅਤੇ ਫਿਜ਼ੀਕਲ ਫਿਟਨੈਸ ਦਾ। ਡੋਪ ਟੈਸਟ ਵਗੈਰਾ ਵੀ ਸਪੈਸ਼ਲ ਕੀਤਾ ਜਾ ਰਿਹਾ? ਡੋਪ ਟੈਸਟ ਵੀ ਕੀਤਾ ਜਾ ਰਿਹਾ, ਮੇਲ ਸਾਰੇ ਕੈਂਡੀਡੇਟ ਜਿੰਨੇ ਹੈਗੇ ਨੇ ਉਹਨਾਂ ਦਾ ਡੋਪ ਟੈਸਟ ਚੱਲ ਰਿਹਾ। ਫਿਲਹਾਲ ਅਸੀਂ ਜਿਹੜੀ ਹੈਗੀ ਹੈ ਮੈਂ ਕਨਫਰਮ ਕਰ ਲੈਣਾ, ਪਰ ਜਿੰਨੀ ਕੁ ਮੇਰੇ ਕੋਲ ਇਨਫੋਰਮੇਸ਼ਨ ਆਈ ਹੈ ਉਹਦੇ 'ਚੋਂ ਤਕਰੀਬਨ 100-150 ਦੇ ਕਰੀਬ ਉਹਨਾਂ 'ਚੋਂ 4 ਕੇਸ ਆਏ ਨੇ ਜਿਹੜੇ ਪੋਜ਼ਿਟਿਵ ਆਏ ਨੇ। ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV। ਪੰਜਾਬ ਭਰ ਵਿੱਚ ਅੱਜ ਤੋਂ ਪੁਲਿਸ ਦੀ ਭਰਤੀ ਹਰ ਜ਼ਿਲ੍ਹੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਰਕੇ ਪਹਿਲੀ